ਜਦੋਂ ਇਹ ਹਰਮੰਦਰ ਸਾਹਿਬ ਕੀਰਤਨ ਕਰਦੇ ਨੇ ਨਾ ਜੀ ਕਿਤੇ ਜੀ ਨਹੀਂ ਕਰਦਾ ਉੱਠਣ ਨੂੰ ਐਸਾ ਰੰਗ ਬੰਨਦੇ ਨੇ ਹੁਣ ਮੈਂ ਥੋੜ੍ਹੇ ਦਿਨ ਹੋਏ ਆ ਜਦੋਂ ਇਹਨਾਂ ਦਰਬਾਰ ਸਾਹਿਬ ਪਿਛਲੇ ਪਹਿਰ ਹਾਜ਼ਰੀ ਭਰੀ ਅਤੇ ਮਹਾਂਆਨੰਦ ਬਣਿਆ ਜੀ ਕੀਰਤਨ ਦਾ ਜੀ ਬੜਾ ਹੀ ਆਨੰਦ ਬਣਿਆ ਮੈਂ ਸਾਰਾ ਇਹਨਾਂ ਦੇ ਪਿੱਛੇ ਬੈਠ ਕੇ ਸੁਣਿਆ ਅਤੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੇਰੇ ਮਨ ਵਿੱਚ ਫੁਰਨਾ ਬਣਿਆ ਦਰਬਾਰ ਸਾਹਿਬ ਬੈਠਿਆ ਮੈਂ ਕਿਹਾ ਭਾਈ ਸਾਹਿਬ ਨੂੰ ਕਿਤੇ ਬੇਨਤੀ ਕਰੀਏ ਸਾਨੂੰ ਦਰਸ਼ਨ ਦੇਣ ਅਤੇ ਅਸੀਂ ਤਾਂ ਗਰੀਬ ਕਹਿ ਨਹੀਂ ਸਕੇ ਹੈਰਾਨੀ ਦੀ ਗੱਲ ਇਹਨਾਂ ਦਾ ਆਪੇ ਟੈਲੀਫੋਨ ਆ ਗਿਆ ਜੀ ਟੈਲੀਫੋਨ ਆ ਗਿਆ ਗੁਰੂ ਸਾਹਿਬ ਨੇ ਪ੍ਰੇਰਿਆ ਨਾ ਜੀ ਪਰ ਜਿਹੜਾ ਹਰਿਮੰਦਰ ਸਾਹਿਬ ਬੈਠਿਆ ਮੇਰਾ ਫੁਰਨਾ ਬਣਿਆ ਇਹਨਾਂ ਨੂੰ ਸੁਣ ਕੇ ਜੀ ਉਹ ਵੇਖੋ ਮਹਾਰਾਜ ਕਿਸ ਤਰ੍ਹਾਂ ਵਰਤੇ ਜੀ ਇਹਨਾਂ ਦਾ ਟੈਲੀਫੋਨ ਆ ਗਿਆ ਕਹਿਣ ਲੱਗੇ ਜੀ ਇਸ ਤਰੀਕ ਨੂੰ ਅਸੀਂ ਬੁੱਧਵਾਰ ਆਉਣਾ ਜੀ